ਗੱਲ ਚੱਲ ਹੈ ਤੁਹਾਡੇ ਸਾਰਿਆਂ ਦੇ ਮੇਰੇ ਯੂਟਿਊਬ ਚੈਨਲ ਜੈ ਮੈਨ ਵਲੋਗ 'ਤੇ ਸਵਾਗਤ ਆ ਅਤੇ ਅੱਜ ਆਪਾਂ ਫਿਰ ਨੌਕਰੀ ਲੱਭਣ ਚੱਲੇ ਹਾਂ। ਠੀਕ ਹੈ ਜੀ, ਨੌਕਰੀ ਲੱਭਣ ਲਈ ਤੁਹਾਨੂੰ ਚਾਹੀਦਾ ਰਿਜ਼ਿਊਮ, ਆਹ ਰਿਜ਼ਿਊਮ ਹੁੰਦਾ ਜੀ। ਠੀਕ ਹੈ ਜੀ, ਇਹ ਚਾਹੀਦਾ, ਇਹ 'ਚ ਤੁਸੀਂ ਆਪਣੀ ਸਕਿੱਲ ਦੱਸਣੀ ਆ, ਤੁਹਾਡੇ 'ਚ ਕੁਆਲਿਟੀ ਕੀ ਹੈ, ਜਿੱਥੇ ਤੁਸੀਂ ਰਹਿ ਰਹੇ ਹੋ ਉਹ ਦੱਸਣਾ, ਅਤੇ ਆਪਣੇ ਘਰ ਦਾ ਫੋਨ ਨੰਬਰ, ਆਪਣਾ ਜਿਹੜਾ ਤੁਸੀਂ ਸਿਮ ਖਰੀਦਿਆ ਉਹਦਾ ਫੋਨ ਨੰਬਰ ਦੱਸਣਾ। ਠੀਕ ਹੈ, ਇਹ ਮੇਰੇ ਜਿਹੜੇ ਜਿਨ੍ਹਾਂ ਨਾਲ ਮੈਂ ਰਹਿ ਰਿਹਾ ਉਹਨਾਂ ਨੇ ਮੇਰਾ ਫ੍ਰੀ 'ਚ ਕਰਾ ਤਾ ਇਹ ਮੈਂ ਘੱਟੋ ਘੱਟ 50 ਕਢਾਏ ਹੋਏ ਨੇ, ਅੱਜ 50 ਜਗ੍ਹਾ ਘੁੰਮ ਕੇ ਆਉਣਾ, ਦੇਖਦੇ ਹਾਂ ਕੀ ਰਿਸਪੋਂਸ ਮਿਲਦਾ ਕੀ ਨਹੀਂ। ਠੀਕ ਹੈ ਜੀ, ਤੁਹਾਨੂੰ ਸਾਰਾ ਕੁਝ ਇਕੱਲਾ ਇਕੱਲਾ ਦੱਸਾਂਗਾ। ਸਭ ਤੋਂ ਪਹਿਲਾਂ ਬੜੀ ਜਗ੍ਹਾ ਹੱਥ ਮਾਰਨਾ ਜਿੱਥੇ ਹੈਗਾ ਮੈਕਡੋਨਰ, ਟਿਮ ਹੋਟਲ ਜਾਂ ਕੋਈ ਪੀਜ਼ੇ ਪੂਜ਼ੇ ਵਾਲੀ ਜਗ੍ਹਾ 'ਤੇ ਜਾਵਾਂਗੇ। ਠੀਕ ਹੈ ਜੀ, ਮੈਂ ਆਪਣੇ ਜਿਹੜੇ ਮੇਰੇ ਨਾਲ ਰਹਿੰਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ, ਇਹ ਉਹਨਾਂ ਨੇ ਮੇਰਾ ਫ੍ਰੀ 'ਚ ਕਢਾ ਤਾ, ਨਹੀਂ ਤਾਂ $25 ਦੇ 50 ਪੀਸ ਪੈਣੇ ਸੀਗੇ ਉਰੇ, ਮੇਰੇ $25 ਬਚ ਗਏ, ਕਿਉਂਕਿ ਆਪਣੇ ਕੋਲ ਪੈਸਾ ਹੈ ਹੀ ਨਹੀਂ ਜਮਾਂ ਵੀ, ਬਿਨਾਂ ਪੈਸੇ ਤੋਂ ਖਾਲੀ ਜੇਬ ਤੋਂ ਆਪਾਂ ਨੌਕਰੀਆਂ ਲੱਭਣ ਚੱਲੇ ਹੋਏ ਹਾਂ ਸੜਕਾਂ ਦੇ ਉੱਤੇ, ਉਹ ਵੀ ਤੁਰ ਤੁਰ ਕੇ। ਅੱਜ ਘੱਟੋ ਘੱਟ ਆਪਾਂ 5-6 ਘੰਟੇ ਤੁਰ ਲੈਣਾ, ਜਿੰਨਾ ਤੁਰ ਸਕੇ। ਅੱਜ ਆਪਾਂ ਨੌਕਰੀ ਦੇਖਦੇ ਹਾਂ ਵੀ 50 ਦੇ 50 ਰਿਜ਼ਿਊਮ ਫੜਾ ਕੇ ਆ ਜਾਣੇ ਆ, ਕਿਤੇ ਤਾਂ ਹਿੱਲਾ ਹੋਊਗਾ ਹੀ, ਕਿਤੇ ਤਾਂ ਰੱਬ ਸੁਣੂਗਾ। ਠੀਕ ਹੈ, ਆਹ ਰਿਜ਼ਿਊਮ ਹੁੰਦਾ, ਇਹ ਮੈਂ ਕਢਾਏ ਨੇ 50 ਬੈਗ 'ਚ ਪਏ ਨੇ, ਇੱਕ ਹੱਥ 'ਚ ਫੜਿਆ ਤੁਹਾਨੂੰ ਤਾਂ ਦਿਖਾ ਰਿਹਾ ਵੀ ਆਹ ਰਿਜ਼ਿਊਮ ਹੁੰਦਾ। ਇਹ ਬਣਾ ਕੇ ਆਪਣਾ ਇੰਡੀਆ ਤੋਂ ਬਣਾ ਕੇ ਲੈ ਕੇ ਉਹ ਤਾਂ ਸਸਤਾ ਪੈਂਦਾ, ਚਲ ਉਰੇ ਤਾਂ ਮੇਰੀ ਇਹਨਾਂ ਨੇ ਮਦਦ ਕਰਤੀ ਤਾਂ ਸਰ ਗਿਆ, ਨਹੀਂ ਮੇਰੇ $25 ਲੱਗ ਜਾਣੇ ਸੀ ਵੈਸੇ ਆਹੀ ਕਢਾਉਣ 'ਚ। ਠੀਕ ਹੈ ਜੀ, ਹੁਣ ਆਪਾਂ ਮੈਕਡੋਨਰ ਜਾਣ ਲੱਗੇ ਹਾਂ, ਪਹਿਲਾਂ ਤੁਹਾਨੂੰ ਉੱਥੇ ਦਿਖਾਉਂਦੇ ਹਾਂ ਉੱਥੇ ਕਹਿਣਾ ਕੀ ਹੈ, ਉੱਥੇ ਤੁਸੀਂ ਕਹਿਣਾ, ਮੈਨੂੰ ਤਾਂ ਆਪ ਨਹੀਂ ਪਤਾ ਕੀ ਕਹਿਣਾ, ਉੱਥੇ ਕਹਿਣਾ ਕੈਨ ਆਈ ਗੈਟ ਅ ਜੋਬ ਪਲੇਸ, ਇੰਗਲਿਸ਼ ਦੇਖ ਲਓ। ਇੰਡੀਆ ਐਸ਼ ਕਰਦਾ ਸੀ ਉਰੇ ਸੜਕਾਂ 'ਤੇ ਨੌਕਰੀਆਂ ਲੱਭਦੇ ਫਿਰਦੇ ਨੇ, ਪੰਜਾਬੀ ਮੁੰਡੇ ਨੌਕਰੀਆਂ ਲੱਭਦੇ ਫਿਰਦੇ ਨੇ, ਕੋਈ ਗੱਲ ਨਹੀਂ, ਹਾਰ ਨਹੀਂ ਮੰਨੀ ਦੀ ਜ਼ਿੰਦਗੀ 'ਚ। ਠੀਕ ਹੈ ਜੀ, ਆਹ ਦੇਖੋ ਰਿਜ਼ਿਊਮ ਹੱਥ 'ਚ, ਬਾਕੀ ਬੈਗ 'ਤੇ ਇਹਨੂੰ ਮੈਂ ਜੇਬ 'ਚ ਪਾ ਲੈਣਾ, ਤੁਹਾਨੂੰ ਦਿਖਾਉਣ ਲਈ ਰੱਖਿਆ ਹੋਇਆ ਸੀਗਾ, ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਦਿਖਾ ਦਿੰਦਾ ਇਹ 'ਚ ਲਿਖਣਾ ਕੀ ਆ। ਆਹ ਰਿਜ਼ਿਊਮ ਆ ਮੇਰਾ ਜੀ, ਇਹ ਮੇਰੇ ਦੋਸਤਾਂ ਨੇ ਮਦਦ ਕੀਤੀ। ਠੀਕ ਹੈ ਜੀ, ਆਹ ਮੌਸਮ ਦੇਖ ਲਓ ਉਰੇ, ਠੰਡਾ ਹੋਇਆ ਪਿਆ ਉਰੇ ਮੌਸਮ, ਮੌਸਮ ਬਹੁਤ ਘੈਂਟ ਆ, ਪਰ ਉਰੇ ਹੁਣ ਤੁਹਾਨੂੰ ਨਾ ਮੈਕਡੋਨਰ ਦੇ ਵਿੱਚ ਜਾ ਕੇ ਮਿਲਾਂਗੇ, ਉੱਥੇ ਕਹਿਣਾ ਕੀ ਹੈ ਇਹ ਤਾਂ ਮੈਨੂੰ ਆਪ ਨਹੀਂ ਪਤਾ, ਉੱਥੇ ਕੀ ਕਹਿਣਾ ਦੇਖਦੇ ਹਾਂ, ਮਿਲਦੇ ਹਾਂ ਤੁਹਾਨੂੰ। ਮੈਕਡੋਨਰ ਆਪਾਂ ਪਹੁੰਚ ਚੁੱਕੇ ਹਾਂ। ਠੀਕ ਹੈ ਜੀ, ਹੁਣ ਇਹਦੇ ਅੰਦਰ ਜਾਣਾ, ਰਿਜ਼ਿਊਮ ਫੜਾ ਕੇ ਆਉਣਾ, ਦੇਖਦਾ ਅੰਦਰ ਮੇਰਾ ਕੀ ਰਿਸਪੋਂਸ ਆ। ਠੀਕ ਹੈ ਜੀ, ਉਹਨਾਂ ਨੂੰ ਕਹਿਣਾ ਕਹਿੰਦਾ ਹੀ ਗੈਟ ਆ ਜੋਬ ਪਲੀਜ਼, ਪੀਜ਼ਾ ਨਹੀਂ ਜੋਬ ਅਵੇਲੇਬਲ। ਆਹ ਮੈਕਡੋਨਰ ਆ, ਔਰ ਇਹਦੀ ਪਾਰਕਿੰਗ ਆ, ਸਾਰੀ ਕਿਤੇ ਪਾਰਕਿੰਗ ਹੀ ਪਾਰਕਿੰਗ ਬਣੀ ਹੋਈ ਆ, ਇੱਥੇ ਗੱਡੀਆਂ ਖੜਾ ਸਕਦੇ ਹਾਂ। ਆਹ ਮੈਕਡੋਨਰ ਦੇ ਅੰਦਰ ਚੱਲਿਆ ਅੱਜ ਤੁਹਾਡਾ ਵੀਰ, ਮੌਸਮ ਬਹੁਤ ਘੈਂਟ ਹੋਇਆ, ਪਿੱਛੇ ਬੱਦਲ ਦੇਖੋ, ਔਸਮ ਔਸਮ। ਹੁਣ ਇਹਨਾਂ ਕੋਲ ਨੌਕਰੀ ਮੰਗਣ ਚੱਲੇ, ਨੌਕਰੀ ਮੰਗਣ ਚੱਲੇ ਆ। ਮੈਕਡੋਨਰ ਦੇ ਵਿੱਚ ਰਿਜ਼ਿਊਮ ਫੜਾਇਆ ਏ, ਕਹਿੰਦੇ ਦੇ ਹੋਵਾਂਗੇ ਤੁਹਾਨੂੰ ਦੱਸਾਂਗੇ 2 ਹਫ਼ਤਿਆਂ ਬਾਅਦ, ਅਸੀਂ 6 ਦਿਨ ਹਫ਼ਤਾ ਇੱਕ ਹੀ ਖਰਾਬ ਕਰਤਾ, 2 ਹਫ਼ਤੇ ਹੁਣ ਤੁਹਾਡੇ ਲਈ ਖਰਾਬ ਕਰਾਂਗੇ ਮੈਕਡੋਨਰ ਦੇ ਲਈ। ਠੀਕ ਹੈ ਜੀ, ਹੁਣ ਆਪਾਂ ਜਾਂਦੇ ਹਾਂ ਪੀਜ਼ਾ ਵਾਲਿਆਂ 'ਤੇ ਜਾ ਕੇ ਦੇਖਦੇ ਹਾਂ, ਅੰਦਰ ਵੀਡੀਓ ਬਣਾ ਨਹੀਂ ਦਿੰਦੇ ਕਈ ਵਾਰ, ਕੋਈ ਹੋਣਾ ਕੋਈ ਇਹਨਾਂ ਦਾ ਰੂਲ। ਠੀਕ ਹੈ ਜੀ, ਰਿਜ਼ਿਊਮ ਆਪਾਂ ਫੜਾਇਆ ਏ, ਇੱਕ ਫਾਈਨਲ ਹੋ ਗਿਆ, ਹੁਣ 49 ਲੈਫਟ, 49 ਦੁਕਾਨਾਂ ਰਹਿ ਗਈਆਂ ਜਿੱਥੇ ਆਪਾਂ ਰਿਜ਼ਿਊਮ ਫੜਾ ਕੇ ਆਉਣਾ। ਰਿਜ਼ਿਊਮ ਤੁਹਾਨੂੰ ਦਿਖਾ ਤਾ ਸੀ, ਉਹ ਦੇਖੋ ਮੈਕਡੀ ਵਾਲੇ, ਪਹਿਲਾਂ ਤਾਂ ਰਸਤਾ ਨਹੀਂ ਪਤਾ ਲੱਗਿਆ ਕਿੱਥੋਂ ਰਸਤਾ, ਹੁਣ ਆਪਾਂ ਜਾਣਾ ਪੀਜ਼ੇ ਵਾਲੇ ਦੇ, ਜਾਣਾ ਹੁਣ ਕਿਸੇ ਪੀਜ਼ੇ ਵਾਲੇ ਦੇ, ਉਹਨੂੰ ਫੜਾ ਕੇ ਆਉਣਾ ਰਿਜ਼ਿਊਮ ਆਪਣਾ। ਮੌਸਮ ਦੇਖੋ ਬੜਾ ਘੈਂਟ ਹੋਇਆ, ਠੰਡਾ ਜਾਂ ਮੌਸਮ ਆ, ਨਾ ਗਰਮੀ ਆ ਨਾ ਠੰਡ ਆ, ਮਤਲਬ ਨੋਰਮਲ ਆ, ਐਨ ਨਜ਼ਾਰੇ ਵਾਲਾ। ਉਰੇ ਕੱਪੜੇ ਨਹੀਂ ਛੇਤੀ ਛੇਤੀ ਗੰਦੇ ਹੁੰਦੇ, ਇੱਕ ਕੱਪੜੇ ਘੱਟੋ ਘੱਟ ਅਸੀਂ ਆਹ ਕੱਪੜੇ ਮੈਂ ਘੱਟੋ ਘੱਟ ਹਫ਼ਤਾ ਹਫ਼ਤਾ ਚੱਲ ਪੈਂਦੇ ਨੇ, ਮਿੱਟੀ ਜਮ੍ਹਾਂ ਹੀ ਨਹੀਂ ਹੈਗੀ। ਹੁਣ ਜਾਣਾ ਦੂਸਰੀ ਸ਼ੌਪ 'ਤੇ, ਦੇਖਦੇ ਹਾਂ। ਐਪਲੀਕੇਸ਼ਨ ਆਪਣੀ ਆ ਚੁੱਕੀ ਆ, ਪੀਜ਼ਾ ਵਾਲਿਆਂ ਦੇ ਚੱਲਿਆ, ਹੁਣ ਆਪਾਂ ਪੀਜ਼ਾ ਵਾਲੇ ਦੇ ਦੇਖਦੇ ਹਾਂ ਨੌਕਰੀ ਅਪਲਾਈ ਕਰਕੇ। ਹੁਣ ਦੂਸਰੇ ਆਪਾਂ ਚੱਲਿਆ ਪੀਜ਼ਾ ਦੇ, ਤੁਹਾਨੂੰ ਦੱਸਿਆ ਸੀ ਆਪਾਂ, ਹੁਣ ਉਹਨਾਂ ਦੇ ਜਾਣਾ। ਠੀਕ ਹੈ ਜੀ, ਜਿੱਥੇ ਮੈਂ ਰਿਜ਼ਿਊਮ ਫੜਾ ਕੇ ਆਇਆ ਮੈਕਡੀ ਦੇ, ਠੀਕ ਹੈ ਜੀ, ਉੱਥੇ ਓਲਡ ਲੇਡੀ ਸੀ, ਪੰਜਾਬੀ ਇੰਗਲਿਸ਼ 'ਚ ਤਾਂ ਪੱਟ ਕਰਕੇ ਸਾਡੀ ਆਈਲੈਟਸ ਫੇਲ ਹੋ ਗਈ ਉੱਥੇ ਜਾ ਕੇ। ਹੁਣ ਆ ਪੀਜ਼ਾ ਵਾਲੇ ਦੇ ਚੱਲੇ ਹਾਂ,
ਇੱਥੇ ਦੇਖਦੇ ਹਾਂ ਇੱਥੇ ਕੀ ਬਣਦਾ, ਇੱਥੇ ਨੌਕਰੀ ਦਿੰਦੇ ਆ ਕਿ ਨਹੀਂ, ਅੰਦਰ ਤਾਂ ਵੜਨ ਨਹੀਂ ਦਿੰਦੇ। ਤੀਸਰਾ ਆਪਾਂ ਇੱਕ ਇਹਦੇ ਨਾਲ ਹੋਰ ਆ, ਉੱਥੇ ਵੀ ਜਾ ਕੇ ਆਵਾਂਗੇ, ਇਹ ਹੈਗਾ ਪੀਜ਼ਾ, ਪੀਜ਼ੇ ਵਾਲੇ ਦੇ ਜਾ ਕੇ ਆਉਣਾ। ਦੇਖਦੇ ਹਾਂ ਨੌਕਰੀ ਹੈਗੀ ਆ ਤੁਹਾਡੇ ਕੋਲ, ਦੇ ਦਿਉ ਵਿਚਾਰੇ ਗਰੀਬਾਂ ਬੰਦਿਆਂ ਨੂੰ, ਪ੍ਰੋਪਰਟੀ 'ਤੇ ਕੰਮ ਕਰ ਥੱਕ ਗਏ ਸੀ ਹੁਣ, ਜਾਲਿਆਂ ਨੂੰ ਲੱਗਿਆ ਹੋਇਆ ਸੀ ਲੋਕ, ਹੁਣ ਆ ਗਏ ਮਿਸਟਰ ਸਭ 'ਤੇ, ਹੁਣ ਇੱਥੇ ਅਪਲਾਈ ਕਰਕੇ ਆਉਣਾ ਮਿਸਟਰ ਸਭ 'ਤੇ। ਇਹ ਦੇਖਦੇ ਸਭ ਸਾਨੂੰ ਨੌਕਰੀ ਦਵਾ ਪਾਉਂਦੇ ਆ ਕਿ ਨਹੀਂ, ਠੀਕ ਹੈ ਜੀ। ਪ੍ਰੋਪਰਟੀ ਦਾ ਕੰਮ ਇੰਨਾ ਘੱਟ ਪੈ ਗਿਆ ਕਿ ਮੁੰਡੇ ਦੇ ਪ੍ਰੋਪਰਟੀ ਡੀਲਰਾਂ ਦੇ ਮੁੰਡੇ ਨੂੰ ਉੱਥੇ ਨੌਕਰੀਆਂ ਲੱਭਣੀਆਂ ਪੈ ਰਹੀਆਂ, ਬਾਪੂ ਮੇਰਾ ਕੀ ਸੋਚੂਗਾ, ਠੀਕ ਹੈ ਜੀ। ਹੁਣ ਇੱਥੇ ਦੇਖਦੇ ਹਾਂ ਇਹ ਕੀ ਜਵਾਬ ਦਿੰਦੇ ਨੇ, ਇਹਨਾਂ ਕੋਲ ਕੀ ਖਾਣ ਨੂੰ ਆ, ਇਹਨਾਂ ਕੋਲ 3 ਲਾਰਜ ਕਲਾਸਿਕ ਸਬਸ 4249। ਦੇਖਦੇ ਹਾਂ ਕੀ ਜਵਾਬ ਦਿੰਦੇ ਉਹਦੇ ਆਏ ਸੀ। ਇਹ ਬਾਈ ਜੀ ਕਹਿੰਦੇ ਇੱਥੇ ਨੌਕਰੀ ਦੀ ਜ਼ਰੂਰਤ ਹੀ ਨਹੀਂ, ਕਹਿੰਦਾ ਮੈਂ ਬਹੁਤ ਆ ਇਕੱਲਾ ਹੀ। ਉਸਤਾਦ ਜੀ ਕਹਿੰਦੇ ਅਸੀਂ ਇਕੱਲੇ ਹੀ ਬਹੁਤ ਆ, ਇੱਥੇ ਨੌਕਰੀ ਦੀ ਜ਼ਰੂਰਤ ਨਹੀਂ, ਕਹਿੰਦਾ ਆਪਣਾ ਚੱਕੋ ਬੋਰੀ ਬਿਸਤਰਾ ਫਟਿਓ। ਐਂ ਨਹੀਂ ਕਿਹਾ ਮੈਂ ਆਪਣੇ ਵੱਲੋਂ ਕਹਿੰਦਾ, ਸਾਰਾ ਤੁਸੀਂ ਸੀਰੀਅਸ ਨਾ ਲੈ ਜਿਓ, ਇਹ ਮੈਂ ਆਪਣੇ ਵੱਲੋਂ ਥੋੜ੍ਹਾ ਮਜ਼ਾਕ ਕਰਦਾ ਤਾਂ ਕਿ ਤੁਸੀਂ ਹਾਸਾ ਮਜ਼ਾਕ ਵੀ ਕਰ ਸਕੋ। ਹੁਣ ਉਦੋਂ ਆਪਾਂ ਟ੍ਰਾਂਸਫਰ ਹੋਣ ਲੱਗਿਆ, ਪੀਜ਼ੇ ਵਾਲਾ ਬੰਦ ਸੀ, ਇੱਕ ਜਗ੍ਹਾ ਫੜਾਇਆ ਮੈਕਡੋਨਲਡ, ਇੱਥੇ ਸਭ ਦੇ ਜਾਇਆ ਏ, ਮਿਸਟਰ ਸਭ ਦੇ ਜਾਇਆ ਏ। ਇਹ ਕਹਿੰਦੇ ਦੇਰ ਇਜ਼ ਨੋ ਜੋਬ ਫੈਸਿਲਿਟੀ ਅਵੇਲੇਬਲ, ਠੀਕ ਹੈ ਜੀ। ਹੁਣ ਉਦੋਂ ਆਪਾਂ ਹੋਣ ਲੱਗਿਆਂ ਤੁਰਨ ਲੱਗਿਆਂ ਹੋਰ ਕਿਤੇ, ਹੁਣ ਦੇਖਦੇ ਹਾਂ ਹੋਰ ਕਿਤੇ ਜਾਏ। ਹੁਣ ਆਪਾਂ ਦੂਸਰੀ ਛਾਪ ਮਾਰਨੀ, ਟਿਮ ਹੋਟਲ 'ਤੇ ਜਾਂਦੇ ਹਾਂ ਆਪਾਂ ਨੌਕਰੀ ਲੱਭਣ। ਹਜੇ ਇੱਕ ਰਜ਼ਿਊਮ ਫੜਾਇਆ, ਇੱਕ ਨੇ ਬੱਸ ਕਰਾ ਦਿੱਤੀ ਹੈ। ਹਾਸਾ ਦੇਖੋ, ਹੱਸਦੇ ਰਿਹਾ ਕਰੋ ਯਾਰ, ਟੈਂਸ਼ਨ ਟੂਨਸ਼ਨ ਨਹੀਂ ਲੈਣੀ ਹੈਗੀ, ਠੀਕ ਹੈ ਜੀ। ਜਿਹਨੇ ਆਉਣਾ ਆਪਣਾ ਜੀ ਸੱਦ ਕੇ ਆਵੇ ਆ, ਉਰੇ ਨਜ਼ਾਰੇ ਨੇ, ਸਾਫ਼ ਹੈ, ਮਤਲਬ ਰੂਲ ਰੈਗੂਲੇਸ਼ਨ ਵਧੀਆ ਨੇ ਉਰੇ। ਕੰਮ ਥੋੜ੍ਹਾ ਜਿਹਾ ਦੇ, ਤੁਹਾਡਾ ਕੋਈ ਜਾਣਕਾਰ ਆ ਤਾਂ ਕੰਮ ਸੌਖਾ ਮਿਲ ਜਾਂਦਾ, ਇਕੱਲਾ ਬੰਦਾ ਲੱਭਣਾ ਔਖਾ ਹੋ ਜਾਂਦਾ ਜਿਹਨੂੰ ਕੋਈ ਸਪੋਰਟ ਨਾ ਹੋਵੇ। ਹੁਣ ਇਕੱਲੇ ਤੁਰੇ ਫਿਰਦੇ ਆ, ਨਾ ਕੋਈ ਗੱਡੀ ਹੈ ਨਾ ਸਾਈਕਲ ਹੈ, ਪੈਦਲ ਤੁਰ ਤੁਰ ਕੇ ਤਾਂ ਅਲਾ ਵਜਨੇ ਘਟਾ ਲਿਆ, ਸ਼ਕਲ ਦੇਖ ਲਓ, ਹੌਲੀ ਹੌਲੀ ਹੋਰ ਸੋਹਣੀ ਨਿਕਲ ਜਾਣੀ ਪਤਾ ਹੀ ਹੋ ਕੇ। ਹੁਣ ਦੇਖਦੇ ਆਪਾਂ ਕਿਹਦੇ ਕੋਲ ਜਾ ਕੇ ਆਉਣਾ, ਮਿਲਦੇ ਆ ਤੁਹਾਨੂੰ, ਹੁਣ ਦੱਸਾਂਗੇ ਸਾਰੀ ਰਿਪੋਰਟ। ਓਕੇ ਰਿਪੋਰਟ। ਗਲਤ ਰਸਤੇ ਚਲੇ ਗਏ ਸੀਗੇ, ਗਲਤ ਦਰਵਾਜ਼ਾ ਉਹ ਖੋਲਿਆ ਸੀ, ਖੁੱਲਦਾ ਨਹੀਂ ਸੀਗਾ, ਇੱਥੇ ਸਾਡੇ ਯਾਰ ਦਰਵਾਜ਼ੇ ਨਹੀਂ ਖੁੱਲਦੇ ਹੈਗੇ, ਬੰਦ ਆ ਇਹ ਮੈਨੂੰ ਲੱਗਦਾ, ਪਤਾ ਨਹੀਂ ਹਾਲੇ ਕਿੱਧਰ ਨੂੰ ਖੁੱਲਦੇ ਨੇ ਯਾਰ। ਖੋਲ ਚੁੱਕੇ ਹਾਂ, ਇਹ ਹੈਗਾ KFC, ਸਾਰੇ ਹੀ ਖਾਲੀ ਪਿਆ। ਦੇਖਦੇ ਹਾਂ ਇੱਥੇ ਨੌਕਰੀ ਮਿਲਦੀ ਹੈ ਕਿ ਨਹੀਂ, ਤੁਹਾਨੂੰ ਬਾਅਦ 'ਚ ਦੱਸ ਦਿਆ। ਰੂਮ ਕਰਾ ਦਿੱਤਾ ਗਿਆ, ਕੋਈ ਮੁੰਡਾ ਨਹੀਂ ਦੇਖਦਾ ਇੱਥੇ ਕੰਮ ਕਰਦਾ ਹੋਇਆ, ਜਿਵੇਂ ਇੰਡੀਆ ਦੇ ਵਿੱਚ ਆਈਲੈਟਸ ਵਾਲੇ ਸੈਂਟਰਾਂ 'ਚ ਕੁੜੀਆਂ ਰੱਖਦੇ ਨੇ, ਇੱਥੇ KFC ਚੱਲ ਜਾਓ, ਚਾਹੇ ਮੈਕਡੀ ਚੱਲ ਜਾਓ, ਕੁੜੀਆਂ ਹੀ ਕੁੜੀਆਂ, ਮੁੰਡਿਆਂ ਦੀ ਜ਼ਰੂਰਤ ਹੀ ਨਹੀਂ, ਮੁੰਡੇ ਕੀ ਕਰਨ। ਹੁਣ ਇਹ ਨਹੀਂ ਖੁੱਲਦਾ, ਕਿਵੇਂ ਖੁੱਲੂ, ਦਰਵਾਜ਼ਾ ਨਹੀਂ ਖੁੱਲਦਾ ਇਹ। ਗੇਟ ਖੋਲਣ ਲਈ, ਗੇਟ ਨਹੀਂ ਖੁੱਲਿਆ ਸਾਡੇ ਤੋਂ ਯਾਰ, ਕਿਆ ਬੇਸ਼ਰਮੀ ਵਾਲੀ ਗੱਲ ਆ ਸਾਡੇ ਲਈ। ਕੁੜੀਆਂ ਹੀ ਕੁੜੀਆਂ ਭਰਤੀ ਨੇ ਸਾਰੇ ਕਿਤੇ, ਸਾਡੇ ਵਰਗੇ ਸੋਹਣੇ ਸੁਨੱਖੇ ਮੁੰਡਿਆਂ ਨੂੰ ਨੌਕਰੀ ਹੀ ਨਹੀਂ ਹੈਗੀ KFC 'ਚ। ਉਹਨੇ ਚੱਕ ਕੇ ਰਿਜ਼ਿਊਮ ਸਾਈਡ 'ਤੇ ਰੱਖਤਾ, ਇਹ ਨਹੀਂ ਜੋਬ ਦਊਗੀ ਮੈਨੂੰ, ਪੱਕੀ ਗੱਲ ਦੀ ਗਰੰਟੀ। ਉਹਨੂੰ ਚੱਕ ਕੇ ਰਿਜ਼ਿਊਮ ਮੈਂ ਮਾਰਿਆ, ਪਰਾਂ ਸਿੱਟ ਤਾ, ਕਹਿੰਦੀ ਔਖੇ ਵੀ ਬਿਲਟ ਹੈ ਜੀ, ਸਾਰੇ ਇਹੀ ਕਹੀ ਜਾਂਦੇ ਵੀ ਬਿਲਟ ਹੈ ਜੀ। ਪਰ ਇੱਥੋਂ ਮੈਨੂੰ KFC ਤੋਂ ਆਸ ਨਹੀਂ, ਜਿਹੜੇ ਹਿਸਾਬ ਨਾਲ ਉਹਨੇ ਰਿਜ਼ਿਊਮ ਐਂ ਰੱਖਿਆ ਨਾ ਟੇਬਲ ਦੇ ਵਿੱਚ, ਉਹਦਾ ਮੈਂ ਸੋਚ ਲਿਆ ਵੀ ਇੱਥੇ ਵਾਰੀ ਨਹੀਂ ਆਉਂਦੀ ਆਪਣੀ, ਬਾਕੀ ਰੱਬ ਮਿਹਰ ਕਰੇ ਤੇ ਸੁਣਦਾ ਵੇ। ਹੁਣ ਆਪਾਂ ਜਾਣਾ ਟਿਮ ਹੋਟਲ ਜਾਣਾ, ਇੱਕ ਤਾਂ ਪਹਿਲਾਂ ਇਹਨਾਂ ਦੇ ਦਰਵਾਜ਼ੇ ਨਹੀਂ ਪਤਾ ਲੱਗਦੇ ਹਾਲੇ, ਕਿੱਧਰ ਨੂੰ ਖੁੱਲਦੇ ਨੇ ਕਿੱਧਰ ਨੂੰ ਬੰਦ ਹੁੰਦੇ ਨੇ, ਬੁਲਾਉਣੇ ਪੈਂਦੇ ਨੇ ਬੰਦੇ, ਮੈਨੂੰ ਬੰਦਾ ਬੁਲਾਉਣਾ ਪੈ ਰਿਹਾ ਦਰਵਾਜ਼ਾ ਖੋਲ੍ਹਣ ਲਈ। ਕਿਤੇ ਨੌਕਰੀ ਲੱਗ ਗਈ ਫਿਰ ਕੀ ਹਾਲ ਹੋਊਗਾ, ਇੱਥੇ ਸਾਡੇ ਦਰਵਾਜ਼ੇ ਨਹੀਂ ਖੁੱਲ੍ਹਦੇ ਹੈਗੇ। ਲੋਕ ਕਹਿਣਗੇ ਕਿਹੋ ਜਿਹੀਆਂ ਗੱਲਾਂ ਕਰਦਾ, ਤੁਹਾਡੇ ਲਈ ਹਾਸਾ ਮਜ਼ਾਕ ਲੈ ਕੇ ਆ ਰਹੇ ਹਾਂ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਹੁਣ ਆਪਾਂ ਆ ਗਏ ਟਿਮ ਹੋਟਲ ਦੇ, ਇੱਥੇ ਦੇਖਦੇ ਹਾਂ ਜੋਬ ਦਾ ਕੀ ਹਿਸਾਬ ਕਿਤਾਬ ਦਿੰਦੇ ਆ ਕਿ ਨਹੀਂ, ਇੱਥੇ ਵੀ ਕੁੜੀਆਂ ਹੀ ਕੁੜੀਆਂ ਨੇ। ਮੈਂ ਇਹ ਲੱਗਦਾ ਮੈਂ ਗਲਤ ਜਗ੍ਹਾ ਪੈਦਾ ਹੋ ਗਿਆ, ਕੁੜੀ ਬਣ ਜਾਣਾ ਚਾਹੀਦਾ ਜੀ, ਨੌਕਰੀ ਕੁੜੀਆਂ ਨੂੰ ਛੇਤੀ ਦਿੰਦੇ ਨੇ, ਸੋਹਣੀ ਸੁਨੱਖੀਆਂ, ਅਸੀਂ ਵੀ ਸੋਹਣੇ ਸੁਨੱਖੀਆਂ, ਦੇਖੋ ਹੈਂਡਸਮ ਬੋ ਆਏ। ਠੀਕ ਹੈ ਜੀ, ਹੁਣ ਆਪਾਂ ਚੱਲੇ ਹਾਂ ਟਿਮ ਹੋਟਲ, ਇੱਥੇ ਪੁੱਛਦੇ ਹਾਂ ਨੌਕਰੀ ਦੇਣੀ ਹੈ ਕਿ ਨਹੀਂ।
ਕਿ ਅਸੀਂ ਫਿਰ ਆਪਣਾ ਰੈਸਟੋਰੈਂਟ ਖੋਲ ਲਈਏ, ਤੁਸੀਂ ਕੀ ਸਮਝੇ? ਜਗ੍ਹਾ ਛਾਪੇ ਮਾਰਨ ਜਾ ਰਿਹਾ, ਹੁਣ ਮੈਂ ਟੀਮ ਹੋਟਲ ਚੱਲਣਾ, ਛੋਟੀ ਮੋਟੀ ਜਗ੍ਹਾ 'ਤੇ ਆਪਾਂ ਹੱਥ ਨਹੀਂ ਰੱਖਿਆ, ਮੈਂ ਕਿਹਾ ਬੜੀ ਜਗ੍ਹਾ 'ਤੇ ਬੜੇ ਪੈਸੇ ਬੜੇ ਡੋਲਰ ਆਉਣਗੇ, ਹੁਣ ਇੱਥੇ ਇਹਦਾ ਲੋਕ ਖੁੱਲ੍ਹ ਜਾਵੇ ਤਾਂ ਵਧੀਆ, ਨਹੀਂ ਤਾਂ ਰੱਬ ਭਲੀ ਕਰੇ, ਇੱਥੇ ਤਾਂ ਰੋਕ ਨਹੀਂ ਖੁੱਲ੍ਹ ਲੈ ਖੁੱਲ੍ਹ ਗਿਆ ਖੁੱਲ੍ਹ ਗਿਆ, ਪਤਾ ਲੱਗ ਗਿਆ, ਆਹ ਆ ਗਿਆ ਆਪਾਂ ਇੱਥੇ, ਹਾਲਾ ਇੱਥੇ ਨਹੀਂ ਪਤਾ ਲੱਗਦਾ, ਆ ਵੀ ਖੁੱਲ੍ਹ ਗਿਆ, ਦੇਖੋ ਅੰਦਰ ਆ ਮੇਰਾ। ਗੱਲ ਕੀਤੀ ਮੈਨੇਜਰ ਨਾਲ, ਕਹਿੰਦੀ ਮਿਲਣਾ ਮੈਨੇਜਰ, ਸਾਡੀ ਸ਼ਕਲ ਦੇਖ ਕੇ ਭੱਜ ਗਿਆ, ਪਤਾ ਨਹੀਂ ਯਾਰ ਕੀ ਹੈ, ਕਹਿੰਦੀ ਹਾਇਰ ਨਹੀਂ ਕਰ ਰਹੇ, ਮੈਨੇਜਰ ਫੋਨ 'ਤੇ ਲੱਗਿਆ ਹੋਇਆ ਸੀਗਾ, ਫਿਰ ਮੈਨੂੰ ਦੇਖ ਕੇ, ਦਹਿਸ਼ਤ ਤਾਂ ਨਹੀਂ ਹੈਗੀ ਮੇਰੀ ਕਿਤੇ, ਦੇਖ ਕੇ ਭੱਜ ਗਿਆ, ਮੈਨੂੰ ਨੌਕਰੀ ਵੀ ਆਉਣੀ ਦੇਣੀ ਆ, ਪਰ ਦਹਿਸ਼ਤ ਦੇਖ ਲਓ, ਫੋਨ 'ਤੇ ਗੱਲ ਕਰਦਾ ਕਰਦਾ ਮੈਂ ਕਿਹਾ ਜੀ ਨੌਕਰੀ ਚਾਹੀਦੀ ਹੈ, ਕੁੜੀ ਕਹਿੰਦੀ ਨੌਕਰੀ ਹੈ ਨਹੀਂ ਇੰਗਲਿਸ਼ 'ਚ, ਫਿਰ ਕਹਿੰਦੀ ਮੈਨੇਜਰ ਨਾਲ ਗੱਲ ਕਰ ਲਓ, ਮੈਨੇਜਰ ਫੋਨ 'ਤੇ ਗੱਲ ਕਰਦਾ ਕਰਦਾ ਹੀ ਪਰਾਂ ਲੰਘ ਗਿਆ, ਮੈਂ ਕਿਹਾ ਛੱਡੋ ਯਾਰ ਫਿਰ ਹੁਣ ਕੀ ਕਰੀਏ, ਠੀਕ ਹੈ ਜੀ ਹੁਣ ਆਪਾਂ ਕਿਤੇ ਹੋਰ ਚੱਲਦੇ ਹਾਂ, ਜਿੱਥੇ ਵੀ ਦੇਖੋ ਕੁੜੀਆਂ ਨੂੰ ਨੌਕਰੀਆਂ ਮਿਲ ਰਹੀਆਂ, ਸਾਡੇ ਵਰਗੇ ਮੁੰਡਿਆਂ ਨੂੰ ਕਾਹਤੇ ਨਹੀਂ ਮਿਲ ਰਹੀਆਂ, ਹਾਰਡ ਵਰਕ ਕਰੇ ਇੰਨੇ ਇੰਨੇ ਘੰਟੇ ਤੁਰਨ ਵਾਲਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਠੀਕ ਹੈ ਜੀ ਇੱਕ ਹਫ਼ਤਾ ਹੋ ਗਿਆ ਨੌਕਰੀ ਲੱਭਦੇ ਹੋਏ, ਸੱਤਵਾਂ ਦਿਨ ਅੱਜ ਮੇਰਾ, ਹਾਸਾ ਦੇਖ ਲਓ ਤੁਸੀਂ ਖੇਡ ਖੇਡ ਬਹਿੰਦਾ, ਇੱਕ ਕੈਮਰੇ ਦੇ ਸਹਾਰੀ ਚੱਲੀ ਫਿਰੀ ਜਾਂਦੇ ਹਾਂ ਵੀ ਗੱਲਬਾਤ ਕਰ ਲੈਂਦੇ ਹਾਂ ਤੁਹਾਡੇ ਨਾਲ, ਦੇਖੋ ਹੁਣ ਆਪਾਂ ਜਾਣਾ ਕਿਤੇ ਹੋਰ, ਹੁਣ ਕਿਤੇ ਹੋਰ ਪੁੱਛ ਕੇ ਆਉਂਦੇ ਹਾਂ, ਹੁਣ ਤਾਂ ਰਿਜ਼ਿਊਮ ਵੀ ਨਹੀਂ ਫੜਿਆ ਵੀ ਚੱਲ ਕੋਈ ਨਹੀਂ ਜਦ ਹੋਣਗੇ ਤਾਂ ਦੱਸ ਦਾਂਗੇ, ਰਿਜ਼ਿਊਮ ਵੀ ਨਹੀਂ ਫੜਦੇ ਹੈਗੇ ਯਾਰ, ਰਿਜ਼ਿਊਮ ਤਾਂ ਫੜ ਲੈ ਭੈਣੇ ਯਾਰ, ਹੋਊਗੀ ਤਾਂ ਹੀ ਦੱਸੇਂਗੀ, ਐਡਰੈਸ ਵੀ ਨਹੀਂ ਲਿੱਤਾ ਮੇਰਾ, ਫੋਨ ਨੰਬਰ ਹੀ ਲੈ ਲਿਆ, ਐਡਰੈਸ ਵੀ ਛੱਡ ਦੇ, ਹੁਣ ਆਪਾਂ ਅੱਗੇ ਚੱਲਦੇ ਹਾਂ, ਅੱਗੇ ਵੀ ਹੈਗੀਆਂ ਨੇ ਦੇਖ ਲਿਆਂਗੇ, ਆਪਾਂ ਘੁੰਮੇ ਸੱਬੇ ਵਾਲਿਆਂ ਦੇ, ਦੋ ਚਾਰ ਹੋਰ ਜਗ੍ਹਾ 'ਤੇ ਘੁੰਮੇ, ਰਿਜ਼ਿਊਮ ਤਾਂ ਛੱਡੋ, ਕਹਿੰਦੇ ਅਸੀਂ ਹਾਰ ਨਹੀਂ ਕਰ ਰਹੇ, ਇਸ ਕਰਕੇ ਆਪਾਂ ਫਿਰ ਹਾਰ ਨਾ ਮੰਨਦੇ ਹੁਣ ਘਰ ਵੱਲ ਰਸਤਾ ਪਾ ਲਿਆ, ਕਿਉਂਕਿ ਆਪਾਂ ਨਿਕਲੇ ਸੀਗੇ 10 ਵਜੇ, 12 ਵਜਣ ਵਾਲੇ, 12:30 ਦਾ ਟਾਈਮ ਹੋ ਗਿਆ, 3 ਘੰਟੇ ਤੁਰ ਲਈ, ਬਹੁਤ ਜ਼ਿਆਦਾ ਤੁਰ ਲਏ ਸਟੈਪ, ਹੁਣ ਘਰ ਜਾ ਕੇ ਰੈਸਟ ਕਰੀਏ, ਕੱਲ੍ਹ ਨੂੰ ਸਵੇਰੇ ਸੋਚਿਆ ਮੈਂ 5-6 ਵਜੇ ਨਿਕਲਾਂ ਗਿਆ ਘਰੋਂ, ਸਿੱਧਾ 9-10 ਵਜੇ ਪੜਾ ਗਿਆ, ਸਾਰਾ ਬ੍ਰੈਮਟਨ ਗਾ ਲੈਣਾ, ਜਿੰਨਾ ਵੀ ਬ੍ਰੈਮਟਨ ਹੈਗਾ, ਕੋਈ ਜਗ੍ਹਾ ਨਹੀਂ ਛੱਡਣੀ, ਸਿਰਫ ਔਰ ਸਿਰਫ 2 ਰਿਜ਼ਿਊਮ ਦਿੱਤੇ ਨੇ ਅੱਜ ਮੈਂ, ਬਾਕੀ ਵਾਲੇ ਤਾਂ ਕਹਿੰਦੇ ਹਾਇਰ ਨਹੀਂ ਕਰਦੇ, ਅਸੀਂ ਜੇ ਲਈ ਪੰਜਾਬੀ ਬੰਦੇ ਨੇ, ਉਹ ਵੀ ਮੈਨੇਜਰ ਪੰਜਾਬੀ ਸੀਗਾ, ਮੈਨੂੰ ਦੇਖ ਕੇ ਸੈਡ ਹੋ ਗਿਆ, ਦਹਿਸ਼ਤ ਪਾ ਤੀ ਆਪਾਂ, ਨੌਕਰੀ ਮਿਲੇ ਨਾ ਮਿਲੇ ਮੈਨੇਜਰ ਵੀ ਦਹਿਸ਼ਤ ਪਾ ਤੀ ਆਪਾਂ, ਹੱਸਦੇ ਰਿਹਾ ਕਰੋ ਜ਼ਿੰਦਗੀ, ਹੱਸਦੇ ਕੱਟ ਦੇਣੀ ਆਪਾਂ ਐਂ, ਇਹ ਦੇਖ ਲਓ ਖਾਲੀ ਜੇਬ ਤੁਰ ਰਿਹਾ ਇਸ ਟਾਈਮ, ਅੱਜ ਖਾਲੀ ਜੇਬ ਆ ਕੱਲ੍ਹ ਗੱਡੀ ਹੋਊਗੀ, ਠੀਕ ਹੈ ਸੋਚ ਤਾਂ ਵਧੀਆ ਰੱਖ ਸਕਦੇ ਹਾਂ, ਫਿਰ ਤਾਂ ਕੰਮ ਨਹੀਂ ਬ੍ਰੈਮਟਨ 'ਚ, ਬ੍ਰੈਮਟਨ ਤੋਂ ਬਾਅਦ ਟੋਰਾਂਟੋ ਲੰਘ ਜਾਂਗੇ ਫਿਰ ਆਪਾਂ, ਟੋਰਾਂਟੋ ਤੋਂ ਬਾਅਦ ਸਾਡੀ ਕੋਈ ਕਨੇਡਾ 'ਚ ਕੋਈ ਜਗ੍ਹਾ ਨਹੀਂ ਛੱਡਣੀ ਜਿੱਥੇ ਆਪਾਂ ਨਾ ਜਾਈਏ, ਠੀਕ ਹੈ ਬਹੁਤ ਵਧੀਆ ਲੱਗਿਆ, ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ, ਪੋਜ਼ਿਟਿਵ ਰਿਹਾ ਕਰੋ ਹਮੇਸ਼ਾ ਨਾਲੇ।